ਈਵਨ ਪੰਜਾਬੀ ਨਿਡਰ ਨਿਰਪੱਖ ਅਤੇ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਲਈ ਚੱਲਦੇ ਬਰਨਾਲੇ। ਦੋਸਤੋ, ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਨਸ਼ਾ ਤਸਕਰ ਕਰਨ ਵਾਲੇ ਨੇ ਉਹ ਮਤਲਬ ਇਸ ਕਦਰ ਸਰਗਰਮ ਹੋ ਜਾਂਦੇ ਨੇ ਕਿ ਉਹਨਾਂ ਨੂੰ ਭਿਣਕ ਪੈ ਜਾਂਦੀ ਹੈ ਕਿ ਫਲਾਨੀ ਜਗ੍ਹਾ ਜ਼ਰੂਰਤ ਹੈ ਔਰ ਫਲਾਨੀ ਜਗ੍ਹਾ ਜ਼ਰੂਰਤ ਨਹੀਂ ਹੈ, ਔਰ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਉਹ ਗਲਤ ਰਸਤਾ ਇਖਤਿਆਰ ਕਰਕੇ ਉਸ ਤਰ੍ਹਾਂ ਸਪਲਾਈ ਕਰ ਦਿੰਦੇ ਨੇ। ਲੇਕਿਨ ਜਦੋਂ ਇਸ ਤਰ੍ਹਾਂ ਦੇ ਲੋਕ ਪੁਲਿਸ ਦੇ ਅੜਿੱਕੇ ਚੜ ਜਾਂਦੇ ਨੇ ਫਿਰ ਪਰਦਾ ਹੋ ਜਾਂਦਾ ਉਹਨਾਂ ਦਾ ਫਾਸ਼। ਅਜਿਹਾ ਹੀ ਪਰਦਾ ਫਾਸ਼ ਤਪਾ ਪੁਲਿਸ ਨੇ ਕੀਤਾ ਜੀ, ਜਿਨ੍ਹਾਂ ਨੇ ਪਕੜੀਆਂ 110 ਪੇਟੀਆਂ ਸ਼ਰਾਬ ਦੀਆਂ, ਔਰ ਕਿੱਥੋਂ ਕਿੱਥੇ ਤੱਕ ਜਾ ਰਹੀਆਂ ਸੀ, ਕੌਣ ਲੈ ਕੇ ਆ ਰਿਹਾ ਸੀ ਔਰ ਕਿਹਨਾਂ ਦੇ ਕੋਲ ਜਾਣੀ ਸੀ। ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਬਰਨਾਲੇ ਤੋਂ ਜੁੜ ਚੁੱਕੇ ਨੇ ਰਾਜੇਸ਼ ਕੁਮਾਰ ਜੀ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਰਾਜੇਸ਼ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ? ਇਹ ਸੌਤਾ ਜੀ, ਅੱਜ ਜੋ ਚੋਣਾਂ ਦੇ ਮੱਦੇਨਜ਼ਰ ਬਰਨਾਲਾ ਪੁਲਿਸ ਨੇ ਹਾਈ ਅਲਰਟ ਤੇ ਹੈ ਔਰ ਥਾਂ ਥਾਂ ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਨੂੰ ਲੈ ਕੇ ਤਪਾ ਪੁਲਿਸ ਨੇ ਆਲੀਗੜ੍ਹ ਰੋਡ ਤੇ ਇੱਕ ਨਾਕਾ ਲਗਾਇਆ ਹੋਇਆ ਸੀ, ਜਿੱਥੇ ਇੱਕ ਪਿਕਅਪ ਗੱਡੀ ਨੂੰ ਜਾਂਚ ਦੇ ਲਈ ਰੋਕਿਆ ਗਿਆ ਤਾਂ ਉਸਦੇ ਵਿੱਚ 110 ਪੇਟੀਆਂ ਦੇਸੀ ਸ਼ਰਾਬ ਹਰਿਆਣਾ ਮਾਰਕਾ ਬਰਾਮਦ ਹੋਈਆਂ ਹਨ ਜੀ। ਮਤਲਬ ਇਹ ਮਤਲਬ ਕਿਹਦੇ ਕੋਲ ਜਾ ਰਹੀਆਂ ਸੀ ਇਹ ਸਾਰੀਆਂ ਪੇਟੀਆਂ, ਕੁਛ ਇਹੋ ਜਿਹਾ ਖੁਲਾਸਾ ਕੀਤਾ? ਸ਼ਰਾਬ ਵੇਚਣ ਵਾਲੇ ਹੈਗੇ ਆ, ਸ਼ਰਾਬ ਤਸਕਰ ਨੇ ਇਹ। ਇਹਨਾਂ ਦਾ ਕਹਿਣਾ ਕਿ ਇਹ ਉੱਥੋਂ ਸਸਤੇ ਰੇਟ ਤੇ ਜੋ ਹਰਿਆਣੇ ਦੇ ਵਿੱਚੋਂ ਸ਼ਰਾਬ ਲੈ ਕੇ ਆਉਂਦੇ ਸੀ ਔਰ ਇੱਥੇ ਜੋ ਤਪਾ ਔਰ ਇਸਦੇ ਆਲੇ ਦੁਆਲੇ ਦੇ ਜੋ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਇਹ ਉਸਨੂੰ ਮਹਿੰਗੇ ਰੇਟ ਤੇ ਵੇਚਦੇ ਸੀਗੇ ਔਰ ਕੁਛ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ। ਪੁਲਿਸ ਕਹਿ ਰਹੀ ਹੈ ਕਿ ਇਹ ਜਾਂਚ ਦਾ ਵਿਸ਼ਾ ਹੈਗਾ ਕਿ ਇਹ ਜੋ ਸ਼ਰਾਬ ਹੈਗੀ ਹੈ ਕਿਤੇ ਨਾ ਕਿਤੇ ਪੰਚਾਇਤੀ ਚੋਣਾਂ ਜੋ ਹੋਣ ਜਾ ਰਹੀਆਂ ਨੇ ਬਰਾਮਦ ਹੋਈ ਹੈ ਜਿਸ ਦੇ ਵਿੱਚ 110 ਪੇਟੀਆਂ ਸ਼ਰਾਬ ਰੱਖੀਆਂ ਹੋਈਆਂ। ਔਰ ਕਿੱਥੇ ਦੇ ਰਹਿਣ ਵਾਲੇ ਨੇ, ਕੁਛ ਪਤਾ ਲੱਗਾ ਹੈ? ਬਰਨਾਲੇ ਸਾਈਡ ਦੇ ਨੇ ਕਿਤੇ ਜਾਂ ਆਊਟ ਆਫ ਬਰਨਾਲਾ ਨੇ? ਜੀ, ਇਹ ਜ਼ਿਲ੍ਹਾ ਬਰਨਾਲਾ ਦੇ ਹੀ ਰਹਿਣ ਵਾਲੇ ਹਨ। ਇੱਥੇ ਪਿੰਡ ਤਾਜੋ ਕੇ ਹੈ, ਉੱਥੋਂ ਦੇ ਇਹ ਦੋਨੋਂ ਨਸ਼ਾ ਤਸਕਰ ਰਹਿਣ ਵਾਲੇ ਨੇ ਔਰ ਇਹਨਾਂ ਦੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਜੋ ਮਾਮਲੇ ਦਰਜ ਹਨ ਜੀ। ਸੋਤਾ ਜੀ, ਔਰ ਰਾਜੇਸ਼ ਜੀ ਨੇ ਅਲੱਗ ਅਲੱਗ ਲੋਕਾਂ ਨਾਲ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਸੁਣੋ ਤੁਸੀਂ ਵੀ। ਜੋ ਅੱਜ ਕੱਲ੍ਹ ਚੱਲ ਰਿਹਾ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਅਤੇ ਨਸ਼ੇ ਦੇ ਖਿਲਾਫ ਆਈ ਜੀ ਸਾਹਿਬ ਜੋਨ ਪਟਿਆਲਾ ਔਰ SSP ਸਾਹਿਬ ਹਰਜੀਤ ਸਿੰਘ IPS ਦੇ ਹਦਾਇਤਾਂ 'ਤੇ ਅਸੀਂ ਇੱਕ ਕਾਮਯਾਬੀ ਹਾਸਲ ਕੀਤੀ ਹੈ। ਸਾਡੇ SHO ਗੁਰਪ੍ਰਤਾਪ ਸਿੰਘ, ਇਹਨਾਂ ਦੇ ਬਹੁਤ ਵਧੀਆ ਪੁਲਿਸ ਪਾਰਟੀ ਇੱਕ ਸਰਬਜੀਤ ਸਿੰਘ ਹੌਲਦਾਰ ਨੇ 110 ਪੇਟੀਆਂ ਸ਼ਰਾਬ ਸਮੇਤ ਗੱਡੀ ਕਾਬੂ ਕੀਤੀ ਹੈ। ਅਸੀਂ ਤਪਾ ਥਾਣਾ ਦੇ ਇਲਾਕੇ 'ਚੋਂ ਕਾਬੂ ਕੀਤੀ ਹੈ, ਜਦਕਿ ਇਹਦੇ 'ਚ ਥੋੜ੍ਹਾ ਜਿਹਾ ਹੈ ਵੀ ਦੋਸ਼ੀ ਹਲੇ ਕਾਬੂ ਕਰਨੇ ਬਾਕੀ ਨੇ ਅਤੇ ਘੁੰਨਸ ਰੋਡ ਤੋਂ ਅਸੀਂ ਇਹ ਵੱਡੀ ਨਸ਼ੇ ਦੀ ਖੇਪ ਕਾਬੂ ਕੀਤੀ ਹੈ, ਜੋ 2 ਨੰਬਰ 'ਚ ਹੈ। ਅਸੀਂ ਪਰਚਾ ਦੇ ਰਹੇ ਹਾਂ ਔਰ ਬੰਦਿਆਂ ਦਾ ਸਾਨੂੰ ਜੋ ਖੁਲਾਸਾ ਹੋ ਚੁੱਕਿਆ, ਅਸੀਂ ਜਲਦੀ ਉਹਨਾਂ ਨੂੰ ਕਾਬੂ ਕਰ ਲਾਂਗੇ, ਅਰੈਸਟ ਕਰ ਲਾਂਗੇ। ਅਸੀਂ ਸਾਡੇ ਕੋਲ ਖੁਫੀਆ ਇਤਲਾਹ ਸੀ ਜਿਹਦੇ 'ਚ ਸਾਨੂੰ ਕਾਮਯਾਬੀ ਮਿਲੀ ਹੈ। ਸੋ ਦੋਸਤੋ, ਇੱਕ ਵਾਰੀ ਫਿਰ ਦੱਸਦੇ ਹਾਂ ਕਿ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਨਸ਼ਾ ਤਸਕਰ ਨੇ ਪੂਰੀ ਤਰ੍ਹਾਂ ਸਰਗਰਮ ਹੋ ਜਾਂਦੇ ਨੇ ਔਰ ਉਹਨਾਂ ਨੇ ਤਾਂ ਇਹ ਕਿਹਾ ਕਿ ਮਤਲਬ ਹਰਿਆਣੇ ਤੋਂ ਬਹੁਤ ਹੀ ਸਸਤੇ ਰੇਟ 'ਤੇ ਲਿਆ ਕੇ ਸ਼ਰਾਬ ਨੂੰ ਪੰਜਾਬ ਵਿੱਚ ਵੇਚਿਆ ਜਾਂਦਾ ਸੀ, ਲੇਕਿਨ ਪੁਲਿਸ ਜਾਂਚ ਕਰ ਰਹੀ ਹੈ ਜੀ ਅਸਲੀ ਤੱਥ ਕੀ ਹੈ ਔਰ ਜਦੋਂ ਸਾਹਮਣੇ ਆਉਣਗੇ ਆਪ ਸਭ ਦੇ ਰੂਬਰੂ ਜ਼ਰੂਰ ਕੀਤੇ ਜਾਣਗੇ। ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੇ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ TV ਦੇ ਨਾਲ। ਫੋਰ ਨਿਊ ਅਪਡੇਟਸ ਪਲੀਜ਼ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।